ਹੁਣ ਆਪਾਂ ਦੇਖਦੇ ਹਾਂ ਕਿ ਬਲੈਕ ਬੋਕਸ ਟੈਸਟਿੰਗ ਕਿਸ ਤਰ੍ਹਾਂ ਕਰੀਦੀ ਆ। ਬਲੈਕ ਬੋਕਸ ਟੈਸਟਿੰਗ ਦੇ ਵਿੱਚ ਆਪਾਂ ਬੇਸਿਕਲੀ ਕੋਡ ਨਹੀਂ ਦੇਖਦੇ। ਬਲੈਕ ਬੋਕਸ ਟੈਸਟਿੰਗ ਐਕਚੁਅਲੀ ਕਸਟਮਰ ਦਾ ਪਰਸਪੈਕਟਿਵ ਆ। ਇਹਦੇ ਵਿੱਚ ਆਪਾਂ ਐਪਲੀਕੇਸ਼ਨ ਨੂੰ ਉਹਦੇ ਇੰਟਰਫੇਸ ਦੇ ਥਰੂ ਚਲਾ ਕੇ ਦੇਖਦੇ ਹਾਂ। ਉਹਦੇ ਵਿੱਚ ਪਹਿਲੀ ਟੈਕਨੀਕ ਹੈ ਇੱਕ ਇਕੁਵਲੈਂਸ ਕਲਾਸ ਪਾਰਟੀਸ਼ਨਿੰਗ। ਇਹਦੇ ਵਿੱਚ ਆਪਾਂ ਕੀ ਕਰਦੇ ਹਾਂ ਕਿ ਜਦੋਂ ਇਨਪੁੱਟਸ ਬਹੁਤ ਜ਼ਿਆਦਾ ਹੁੰਦੀਆਂ, ਆਪਾਂ ਹਰ ਇਨਪੁੱਟ ਨੂੰ ਟਰਾਈ ਨਹੀਂ ਕਰ ਸਕਦੇ, ਤਾਂ ਇੱਕ ਟੈਕਨੀਕ ਹੈ ਕਿ ਆਪਾਂ ਇਨਪੁੱਟਸ ਨੂੰ ਕਲਾਸਿਸ ਦੇ ਵਿੱਚ ਡਿਵਾਈਡ ਕਰ ਲੈਂਦੇ ਹਾਂ। ਕਲਾਸ ਦਾ ਕੋਨਸੈਪਟ ਜਿਹੜਾ ਹੈ ਉਹੀ ਹੈ ਕਿ ਆਪਾਂ ਕਿਸੇ ਨਾ ਕਿਸੇ ਬੇਸ 'ਤੇ ਉਸ ਬਲਕ ਨੂੰ ਡਿਵਾਈਡ ਕਰ ਲੈਂਦੇ ਹਾਂ ਇੱਕ ਕੁਛ ਪਾਰਟਸ ਦੇ ਵਿੱਚ, ਅਤੇ ਹਰ ਪਾਰਟ ਵਿੱਚ ਆਪਾਂ ਕੁਛ ਕੁਛ ਟੈਸਟ ਕੇਸਿਸ ਟਰਾਈ ਕਰਦੇ ਹਾਂ। ਉਹਦੇ ਬਾਅਦ ਤੁਸੀਂ ਇਸ ਜਿਸੇ ਡਾਇਗਰਾਮ ਦੇਖੋ। ਅਗਰ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਨਾ ਸਾਰੇ ਖਾਣੇ ਟੈਸਟ ਕਰਨੇ ਆ, ਤਾਂ ਤੁਸੀਂ ਕਿਸ ਤਰ੍ਹਾਂ ਟੈਸਟ ਕਰ ਸਕਦੇ ਹੋ? ਕਿਉਂਕਿ ਇਹ ਇੰਨੇ ਜ਼ਿਆਦਾ ਖਾਣੇ ਆ, ਤੁਸੀਂ ਅਗਰ ਇੱਕ ਖਾਣਾ ਪੂਰਾ ਖਾ ਲਓ, ਸਪੋਜ਼ ਤੁਸੀਂ ਸਾਰੀ ਰੋਟੀਆਂ ਖਾ ਲੈਂਦੇ ਹੋ ਇੱਥੇ ਵਾਲੀਆਂ, ਤਾਂ ਤੁਸੀਂ ਬਾਕੀ ਕਿਸੇ ਹੋਰ ਟੈਸਟ ਕਰਨ ਦੀ ਸਾਡੇ ਕੋਲ ਫਿਰ ਆਪਸ਼ਨ ਜਾਏਗੀ, ਕਿਉਂਕਿ ਉਸ ਤੋਂ ਬਾਅਦ ਤੁਸੀਂ ਕਿਸੇ ਖਾਣ ਜੋਗੇ ਰਹੋਗੇ ਨਹੀਂ ਨਾ। ਅਤੇ ਇਸੇ ਤਰ੍ਹਾਂ ਜੀ ਟੈਸਟਿੰਗ ਵੀ ਆ ਕਿ ਅਸੀਂ ਟੈਸਟਿੰਗ ਦਾ ਇਹੀ ਕੰਸੈਪਟ, ਅਗਰ ਤੁਸੀਂ ਟੈਸਟ ਕਰਨਾ ਤਾਂ ਤੁਸੀਂ ਮੁਕੰਮਲ ਟੈਸਟਿੰਗ ਨਹੀਂ ਕਰ ਸਕਦੇ। ਟੈਸਟਿੰਗ ਐਵਰੀਥਿੰਗ ਇਜ਼ ਇੰਪੋਸੀਬਲ। ਉਹ ਤੁਸੀਂ ਕੀ ਤਰੀਕਾ ਕਿ ਆਪਾਂ ਉਹਨੂੰ ਕੈਟੇਗਰੀ ਵਿੱਚ ਡਿਫਾਈਨ ਕਰ ਲੈਂਦੇ ਹਾਂ ਕਿ ਜਿਵੇਂ ਆਹ ਇੱਕ ਕੈਟੇਗਰੀ ਆ, ਆਹ ਇੱਕ ਕੈਟੇਗਰੀ ਆ, ਆਹ ਇੱਕ ਕੈਟੇਗਰੀ ਆ, ਆਹ ਇੱਕ ਕੈਟੇਗਰੀ ਆ, ਇੱਕ ਕੈਟੇਗਰੀ ਆ, ਆਹ ਇੱਕ ਕੈਟੇਗਰੀ ਆ, ਅਤੇ ਹਰ ਕੈਟੇਗਰੀ 'ਚੋਂ ਆਪਾਂ ਕੁਛ ਕੁਛ ਸੈਂਪਲ ਟੈਸਟ ਕੇਸਿਸ ਰਨ ਕਰਦੇ। ਅਤੇ ਸਪੋਜ਼ ਕਹਿ ਲਓ ਕਿ ਸਾਡੇ ਕੋਲ ਪੂਰੀ ਇੱਕ ਇੰਨੀ ਇਨਪੁੱਟ ਹੈਗੀ ਬਹੁਤ ਜ਼ਿਆਦਾ, ਜਿਹਨੂੰ ਅਸੀਂ ਟੈਸਟ ਨਹੀਂ ਕਰ, ਸਾਰੀ ਇਨਪੁੱਟ ਟਰਾਈ ਨਹੀਂ ਕਰ ਸਕਦੇ। ਉਸ ਇਨਪੁੱਟ ਨੂੰ ਆਪਾਂ ਡਿਵਾਈਡ ਕਰ ਲਿਆ ਕੈਟੇਗਰੀ ਦੇ ਵਿੱਚ, ਅਤੇ ਹਰ ਕੈਟੇਗਰੀ ਵਿੱਚੋਂ ਆਪਾਂ ਕੁਛ ਸੈਂਪਲ ਟੈਸਟ ਕੇਸ ਰਨ ਕਰ ਲਾਂਗੇ। ਇੱਕ ਐਗਜ਼ਾਮਪਲ ਉਹੀ ਜਿਹੜਾ ਕਿ ਨਾ ਨੋਰਮਲੀ ਇੱਕ ਮੁਹਾਵਰਾ ਬੋਲਿਆ ਜਾਂਦਾ ਪੰਜਾਬੀ ਦੇ ਵਿੱਚ ਕਿ ਦੇਗ ਦਾ ਖਾਣਾ ਜ਼ਾਇਕਾ ਟੈਸਟ ਕਰਨ ਵਾਸਤੇ ਜ਼ਰੂਰੀ ਨਹੀਂ ਕਿ ਪੂਰੀ ਦੇਗ ਖਾਧੀ ਜਾਵੇ। ਉਹ ਜੋ ਚੌਲਾਂ ਦੀ ਦੇਗ 'ਚੋਂ ਦੋ ਚੌਲ ਹੀ ਬੰਦਾ ਟੈਸਟ ਕਰ ਲਵੇ ਤਾਂ ਉਹਦੇ ਟੇਸਟ ਦਾ ਅੰਦਾਜ਼ਾ ਹੋ ਜਾਂਦਾ। ਇਹ ਵੀ ਕੰਸੈਪਟ ਹੈ ਇਕੁਅਲੈਂਸ ਕਲਾਸ ਪਾਰਟੀਸ਼ਨ ਦੇ ਵਿੱਚ। ਸਪੋਜ਼ ਤੁਹਾਡੇ ਕੋਲ ਇੱਕ ਐਸਾ ਸਿਨੈਰੀਓ ਹੈ, ਉਹਦੇ ਵਿੱਚ ਕਹਿ ਲਓ ਕਿ ਕਸਟਮਰ ਨੇ ਕਿਹਾ ਹੋਇਆ ਕਿ ਇੱਕ ਆਹ ਰੇਂਜ ਹੈ, ਅਗਰ ਤਾਂ ਕੋਈ ਵੀ ਹਾਇਰਿੰਗ ਨਹੀਂ ਹੋਏਗੀ, ਅਗਰ 16 ਤੋਂ 18 ਦਰਮਿਆਨ ਬੰਦਾ ਹੈ ਉਹਨੂੰ ਪਾਰਟ ਟਾਈਮ 'ਚ ਹਾਇਰ ਕਰ ਸਕਦੇ ਹਾਂ, ਅਗਰ ਉਹਦੀ ਏਜ 18 ਤੋਂ ਲੈ ਕੇ 55 ਤੱਕ ਰਿਹਾ ਤਾਂ ਉਹ ਫੁੱਲ ਟਾਈਮ ਇੰਪਲੋਈ ਹੋ ਸਕਦਾ, 55 ਤੋਂ ਲੈ ਕੇ 99 ਤੱਕ ਉਹਨੂੰ ਦੁਬਾਰਾ ਫਿਰ ਆਪਾਂ ਨਹੀਂ ਹਾਇਰ ਕਰ ਸਕਦੇ। ਜਾਂ ਏਜ ਦੇ ਲਿਹਾਜ਼ ਨਾਲ ਨਾ ਇੱਕ ਬਿਜ਼ਨਸ ਲੋਜਿਕ ਦਿੱਤੀ ਹੋਈ ਹੈ ਕਿ ਕਸਟਮਰ ਨੇ ਇਹਦਾ। ਹੁਣ ਅਗਰ ਤੁਸੀਂ ਟੈਸਟ ਕੇਸ ਰਨ ਕਰਨੇ ਹੋਣ, ਤੁਸੀਂ ਕੀ ਕਿੱਦਾਂ ਟੈਸਟ ਕੇਸ ਬਣਾਓਗੇ? ਇੱਕ ਤਾਂ ਆਪਸ਼ਨ ਇਹ ਹੈ ਕਿ ਤੁਸੀਂ ਇੱਦਾਂ ਕਰੋ ਕਿ ਪਹਿਲਾਂ 0 ਟਰਾਈ ਕੀਤਾ, ਫਿਰ 1, ਫਿਰ 2, ਕਰਦੇ 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 99 ਟੈਸਟ ਕੇਸ ਬਣਾ ਲਏ। ਇਹ ਠੀਕ ਹੈ, ਕੋਈ ਮਸਲਾ ਨਹੀਂ ਹੈਗਾ, ਲੇਕਿਨ ਪ੍ਰੋਬਲਮ ਇਹ ਆ ਕਿ ਆਪਣੇ ਕੋਲ ਇੰਨਾ ਟਾਈਮ ਨਹੀਂ ਕਿ ਆਪਾਂ 99 ਟੈਸਟ ਕੇਸ ਐਗਜ਼ੀਕਿਊਟ ਕਰੀਏ। ਅਤੇ ਉਹਦਾ ਹੱਲ ਇਹ ਆ ਕਿ ਆਪਾਂ ਇਹਨੂੰ ਡਿਵਾਈਡ ਕਰ ਲਿਆ ਕਲਾਸਾਂ ਵਿੱਚ। ਕਹਿ ਲਓ ਕਿ ਜਿੱਦਾਂ ਆਹ ਇੱਕ ਕਲਾਸ ਬਣ ਗਈ, ਆਹ ਇੱਕ ਕਲਾਸ ਆ, ਆਹ ਦੂਸਰੀ ਕਲਾਸ, ਤੀਸਰੀ ਕਲਾਸ, ਚੌਥੀ ਕਲਾਸ, ਅਤੇ ਹਰ ਕਲਾਸ 'ਚੋਂ ਆਪਾਂ ਨਾ ਇੱਕ ਕੋਈ ਨਾ ਕੋਈ ਸੈਂਪਲ ਟੈਸਟ ਕੇਸ ਰਨ ਕਰ ਲਾਂਗੇ। ਅੱਛਾ, ਇਹ ਹੁਣ ਕਲਾਸਾਂ 2 ਟਾਈਪ ਦੀਆਂ ਹੁੰਦੀਆਂ। ਉਹਦੇ ਵਾਸਤੇ ਕਹਿ ਲਓ ਕਿ ਮੈਂ ਦੇਖਦੇ ਹਾਂ ਕਿ ਇੱਕ ਕਲਾਸ ਹੁੰਦੀ ਆ, ਇੱਕ ਟਾਈਪ ਹੁੰਦੀ ਆ ਬੂਲੀਅਨ, ਇੱਕ ਹੁੰਦੀ ਆ ਰੇਂਜ। ਰੇਂਜ ਹੁੰਦੀ ਸਪੋਜ਼ ਤੁਹਾਨੂੰ ਕਹਿ ਤਾ ਕਿ ਆਹ ਰੇਂਜ ਹੈਗੀ ਆ ਕਿ 16 ਤੋਂ ਲੈ ਕੇ 16 ਤੱਕ ਇੱਕ ਰੇਂਜ ਆ, ਆਹ ਇੱਕ ਰੇਂਜ ਆ, ਆਹ ਇੱਕ ਰੇਂਜ ਆ, ਆਹ ਇੱਕ ਰੇਂਜ ਆ। ਜਿੱਥੋਂ ਜੇ ਕਲਾਸ ਰੇਂਜ ਟਾਈਪ ਦੀ ਹੋਵੇ ਉਹਦੇ ਆਪਾਂ 3 ਟੈਸਟ ਕੇਸ ਬਣਾਉਂਦੇ ਹਾਂ। ਸਪੋਜ਼ ਇੱਕ ਰੇਂਜ ਹੈਗੀ 0 ਤੋਂ ਲੈ ਕੇ 50 ਤੱਕ, ਇਹਦੇ 3 ਟੈਸਟ ਕੇਸ ਬਣਗੇ, ਇੱਕ ਰੇਂਜ ਤੋਂ ਬਿਲੋ, ਇੱਕ ਰੇਂਜ ਤੋਂ ਅਬਵ, ਇੱਕ ਵਿਦਨ ਦਾ ਰੇਂਜ। ਸਪੋਜ਼ ਇੱਥੇ ਕਹਿ ਲਿਆ -5 ਕਰਤਾ, ਇੱਥੇ ਕਰਦਾ ਸਪੋਜ਼ ਤੁਸੀਂ 60, ਇੱਕ ਰੇਂਜ ਦੇ ਦਰਮਿਆਨ 'ਚੋਂ ਕੁਝ ਤੁਸੀਂ ਚੁੱਕ ਲੈਣਾ, ਸਪੋਜ਼ ਤੁਸੀਂ ਇੱਥੋਂ 30 ਚੁੱਕ ਲੈਣਾ, ਅਤੇ ਇਸ 3 ਤੁਸੀਂ ਇਨਪੁੱਟ ਦੇ ਕੇ ਇਸ ਕਲਾਸ ਨੂੰ ਟੈਸਟ ਕਰਦੇ ਹੋ। ਦੂਸਰੀ ਕਲਾਸ ਟਾਈਪ ਹੋ ਸਕਦੀ ਬੂਲੀਅਨ। ਬੂਲੀਅਨ ਵਿੱਚ ਆਪਾਂ ਜਸਟ 2 ਟੈਸਟ ਕੇਸ ਟਰਾਈ ਕਰਨੇ ਹੁੰਦੇ ਆ, ਇੱਕ ਟਰੂ ਅਤੇ ਇੱਕ ਫਾਲਸ। ਬੂਲੀਅਨ ਦੀ ਐਗਜ਼ਾਮਪਲ ਇਹ ਆ ਕਿ ਸਪੋਜ਼ ਇੱਕ ਕੰਡੀਸ਼ਨ ਆ ਕਿ ਉਹ ਆਪਣੇ ਕਿਸ ਤਰ੍ਹਾਂ ਦੀ ਕੰਡੀਸ਼ਨ ਲਾਈਏ, ਉਹ ਸਪੋਜ਼ ਕੰਡੀਸ਼ਨ ਇਹ ਕਿ ਐਸੀ ਇਨਪੁੱਟ ਟੀਚਰ ਅਤੇ ਸਟੂਡੈਂਟ, ਇਹਨਾਂ ਵਾਸਤੇ ਕਹਿ ਲਓ ਕਿ ਸਪੋਜ਼ ਕੋਈ ਆਪਸ਼ਨ ਹੋਰ ਨੇ
ਬਾਕੀ ਲੋਕਾਂ ਵਾਸਤੇ, ਬਿਜ਼ਨਸਮੈਨ ਵਾਸਤੇ ਜਾਂ ਫਾਰਮਰ ਵਾਸਤੇ ਜਾਂ ਕੋਈ ਹੋਰ ਆਰਮੀ ਵਾਸਤੇ ਹੋਰ ਆਪਸ਼ਨ ਨੇ। ਹੁਣ ਇਹ ਬੂਲੀਅਨ ਨੇ ਜਾਂ ਟਰੂ ਜਾਂ ਫਾਲਸ, ਇੱਕ ਟੈਸਟ ਕੇਸ ਆਪਾਂ ਇਸ ਕਲਾਸ ਚੁੱਕ ਲਾਂਗੇ, ਇੱਕ ਟੈਸਟ ਕੇਸ ਆਪਾਂ ਇਸ ਕਲਾਸ ਚੁੱਕ ਲਾਂਗੇ। ਖੈਰ ਇਹਨੂੰ ਮਜ਼ੀਦ ਫਰਦਰ ਕਲੀਅਰ ਕਰਨ ਵਾਸਤੇ ਆਪਾਂ ਅੱਗੇ ਦੇਖਦੇ ਹਾਂ ਕਿ ਸਪੋਜ਼ ਆਪਣੇ ਕੋਲ ਇੱਕ ਨਾ ਵੈਬ ਫਾਰਮ ਹੈ ਜਿਹੜਾ ਕਿ ਆਪਾਂ ਉਹਦੇ ਵਿੱਚ ਚਾਰ ਇਨਪੁੱਟ ਫੀਲਡ ਹੈਗੇ ਆ, ਤੇ ਕਹਿ ਲਓ ਕਿ ਇੱਕ ਸਬਮਿਟ ਬਟਨ ਹੈਗਾ ਇੱਥੇ ਜਿਸ ਕਲਿੱਕ ਕਰਾਂਗੇ। ਜਿਹੜਾ ਪਹਿਲਾ ਇਨਪੁੱਟ ਫੀਲਡ ਆ ਉਹ ਹੈ ਸਪੋਜ਼ ਇਹ ਜਿਹੜਾ ਫਾਰਮ ਹੈ ਨਾ, ਇਹ ਇੱਕ ਕੰਪਨੀ ਹੈ ਜਿਹੜਾ ਕਿ ਨਾ ਜਿਹੜੀ ਕਿ ਮੋਰਗੇਜ ਕਰਦੀ ਹੈ ਤੁਹਾਡੀ ਪ੍ਰੋਪਰਟੀ ਨੂੰ ਅਤੇ ਸਾਨੂੰ ਲੋਨ ਦਿੰਦੀ ਹੈ ਨਾ ਘਰ ਲੈਣ ਵਾਸਤੇ, ਉਹਦੀ ਜਿਹੜੀ ਪਹਿਲਾ ਫੀਲਡ ਆ ਉਸ ਫਾਰਮ ਦਾ ਉਹ ਹੈ ਕਿ ਉਹ ਕੰਪਨੀ ਕਹਿੰਦੀ ਆ ਕਿ ਐਸੇ ਬੰਦੇ ਨੂੰ ਲੋਨ ਮਿਲ ਸਕਦਾ ਜਿਹਦੀ ਸੈਲਰੀ 1000 ਤੋਂ ਲੈ ਕੇ 83,000 ਇੰਨੀ ਹੋਵੇ, ਜੇ ਸੈਲਰੀ ਇਸ ਰੇਂਜ ਦੇ ਵਿੱਚ ਹੋਏਗੀ ਉਹਨੂੰ ਲੋਨ ਮਿਲ ਸਕਦਾ। ਦੂਸਰਾ ਹੁਣ ਦੇਖੋ ਆਹ ਕਿਸ ਟਾਈਪ ਦੀ ਕਲਾਸ ਹੈਗੀ ਆ, ਇਹ ਹੈਗੀ ਆ ਰੇਂਜ ਟਾਈਪ ਦੀ, ਰੇਂਜ ਆ ਇਹਦੇ ਕਿੰਨੇ ਟੈਸਟ ਕੇਸ ਬਣਗੇ, 3 ਟੈਸਟ ਕੇਸ ਬਣਗੇ, ਇੱਕ ਰੇਂਜ ਤੋਂ ਬਿਲੋ, ਇੱਕ ਰੇਂਜ ਦੇ ਦਰਮਿਆਨ, ਇੱਕ ਰੇਂਜ ਦੇ ਉੱਤੇ। ਦੂਸਰੀ ਉਹਨੇ ਕੰਡੀਸ਼ਨ ਲਈ ਹੈ ਕਿ ਉਹ ਜਿਹੜਾ ਹੈਗਾ ਨਾ ਬੰਦਾ ਉਹ ਮੈਕਸੀਮਮ ਨਾ ਇੱਕ ਤੋਂ ਲੈ ਕੇ 5 ਹਾਊਸ ਖਰੀਦ ਸਕਦਾ, ਨਾ ਉਸ ਤੋਂ ਜ਼ਿਆਦਾ ਨਾ ਉਸ ਤੋਂ ਘੱਟ, 0 ਤੋਂ ਲੈ ਕੇ ਆਪਣੇ 1 ਤੋਂ ਲੈ ਕੇ 5 ਹਾਊਸ, ਆਹ ਉਹਦੀ ਨਾ ਰੇਂਜ ਹੈਗੀ ਆ। ਇਹ ਵੀ ਇੱਕ ਰੇਂਜ ਵਾਲੀ ਕਲਾਸ ਆ। ਉਹ ਤੋਂ ਇੱਕ ਇਹਦੇ ਵੀ 3 ਟੈਸਟ ਕੇਸ ਬਣ ਗਏ, ਇੱਕ ਰੇਂਜ ਤੋਂ ਬਾਹਰ ਥੱਲੇ, ਇੱਕ ਰੇਂਜ ਦੇ ਉੱਤੇ, ਇੱਕ ਰੇਂਜ ਦੇ ਦਰਮਿਆਨ। ਚੌਥਾ ਫੀਲ ਇਹ ਹੋਇਆ ਕਿ ਜਿਹੜਾ ਮੋਰਗੇਜ ਕੰਪਨੀ ਕਰਦੀ ਆ ਉਹ ਕੋਈ ਪਰਸਨ ਜਿਹੜਾ ਹੈਗਾ ਉਹ ਲੋਨ ਲੈ ਸਕਦਾ ਇੰਡੀਵਿਜੁਅਲ, ਜੇਕਰ ਕੋਈ ਕੰਪਨੀ, ਕੋਈ ਕਾਰਪੋਰੇਸ਼ਨ, ਟਰੱਸਟ ਜਾਂ ਪਾਰਟਨਰਸ਼ਿਪ ਉਹ ਲੋਨ ਨਹੀਂ ਲੈ ਸਕਦੀ। ਹੁਣ ਇੱਥੇ ਦੇਖੋ ਇਹ ਜਿਹੜੀ ਕੰਡੀਸ਼ਨ ਹੈ ਨਾ ਇਹ ਬੂਲੀਅਨ ਕੰਡੀਸ਼ਨ ਆ, ਕਿ ਇੱਕ ਵੈਲਿਡ ਕੰਡੀਸ਼ਨ ਹੈ, ਇੱਕ ਇਨਵੈਲਿਡ ਕੰਡੀਸ਼ਨ ਹੈ। ਇੱਥੇ ਦੋ ਟੈਸਟ ਕੇਸ ਬਣ ਗਏ, ਦੋ ਟੈਸਟ ਕੇਸ। ਅਤੇ ਆਖਰੀ ਇਨਪੁੱਟ ਫੀਲਡ ਹੈਗਾ ਉਹ ਹੈ ਕਿ ਜਿਹੜਾ ਤੁਸੀਂ ਹੋਮ ਪਰਚੇਸ ਕਰਨਾ ਉਹ ਜਦ ਸਿੰਗਲ ਫੈਮਿਲੀ ਹੋਮ ਹੋ ਸਕਦਾ ਜਾਂ ਟਾਊਨ ਹੋ ਸਕਦਾ ਜਾਂ ਕੋਂਡੋ ਹੋ ਸਕਦਾ, ਲੇਕਿਨ ਉਹ ਡੁਪਲੈਕਸ, ਮੋਬਾਈਲ ਹੋਮ ਜਾਂ ਟਰੀ ਹਾਊਸ ਨਹੀਂ ਹੋ ਸਕਦਾ। ਇਹ ਵੀ ਇੱਕ ਕਹਿ ਲਓ ਕਿ ਬੂਲੀਅਨ ਸਿਨੈਰੀਓ ਬਣਦਾ, ਇਹਦੇ ਵੀ ਦੋ ਟੈਸਟ ਕੇਸ ਬਣ ਗਏ। ਯਾਨੀ ਕਿ ਕਹਿ ਲਓ ਕਿ ਫਸਟ ਆਫ ਆਲ ਆਪਾਂ ਇਹਨੂੰ ਕਲਾਸਾਂ ਵਿੱਚ ਡਿਵਾਈਡ ਕਰ ਲਿਆ, ਰੇਂਜ ਵਾਲੀ ਕਲਾਸਾਂ, ਬੂਲੀਅਨ ਕਲਾਸਾਂ, ਉਸ ਹਿਸਾਬ ਨਾਲ ਉਹਦੇ ਟੈਸਟ ਕੇਸ ਬਣਾ ਲਿਆ। ਟੋਟਲ ਕਿੰਨੇ ਟੈਸਟ ਕੇਸ ਬਣੇ, 3, 3, 6, 2, 8, 2, 10। ਲੇਕਿਨ ਤੁਹਾਨੂੰ ਪਤਾ ਵੀ ਆਪਾਂ ਕੋਈ ਫਾਰਮ ਟੈਸਟ ਕਰਦੇ ਹਾਂ, ਆਪਾਂ ਇੱਕ ਟਾਈਮ 'ਤੇ ਖਾਲੀ ਇੱਕ ਫੀਲਡ ਟੈਸਟ ਨਹੀਂ ਕਰਦੇ, ਆਪਾਂ ਇਹਨੂੰ ਬਾਕੀ ਫੀਲਡ ਦੇ ਨਾਲ ਟੈਸਟ ਕਰਦੇ ਹਾਂ ਕਿ ਜਦੋਂ ਆਹ ਟੈਸਟ ਹੋ ਰਿਹਾ ਹੈਗਾ ਨਾਲ ਆਹ ਵੀ ਟੈਸਟ ਹੋ ਰਿਹਾ ਹੈਗਾ, ਆਹ ਵੀ ਟੈਸਟ ਹੋ ਰਿਹਾ ਹੈਗਾ। ਇਸ ਤਰ੍ਹਾਂ ਸਿਨੈਰੀਓ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਪਹਿਲੇ ਇਹਦੇ ਖਾਲੀ 3 ਟੈਸਟ ਕੇਸ ਲਿਖ ਲਏ, ਮੁੜ ਕੇ ਇਹਦੇ ਲਿਖ ਲਏ, ਫਿਰ ਇਹਦੇ ਲਿਖ ਲਏ, ਫਿਰ ਲਿਖ ਲਏ। ਆਪਾਂ ਇਹਨੂੰ ਪੂਰੇ ਦੇ ਪੂਰੇ ਇਕੱਠੇ ਟੈਸਟ ਕਰਨਾ ਪੈਣਾ। ਇਹਦੇ ਵਾਸਤੇ ਆਪਾਂ ਕੀ ਸਟ੍ਰੈਟਜੀ ਯੂਜ਼ ਕਰੀਏ, ਇਹਦੇ ਵਾਸਤੇ ਸਟ੍ਰੈਟਜੀ ਹੈਗੀ ਆ ਕਿ ਤੁਸੀਂ ਇੱਕ ਟਾਈਮ 'ਤੇ ਇੱਕ ਫਾਲਸ ਕਰੋ, ਬਾਕੀ ਸਾਰੇ ਟਰੂ ਕਰਦੇ ਜਾਓ। ਹੁਣ ਪਹਿਲੇ ਫੀਲਡ ਵਾਸਤੇ ਜਿਹੜਾ ਫਾਲਸ ਕੀ ਹੈਗਾ ਕਿ ਆਪਾਂ ਉਹਨੂੰ ਫਾਲਸ ਦੋ ਤਰ੍ਹਾਂ ਕਰ ਸਕਦੇ ਹਾਂ, ਤਾਂ ਲੈਸ ਕਰ ਦਈਏ ਰੇਂਜ ਤੋਂ ਜਾਂ ਰੇਂਜ ਤੋਂ ਅਬਵ ਕਰ ਦਈਏ, ਅਤੇ ਟਰੂ ਕਰਨ ਵਾਸਤੇ ਇੱਥੇ ਕਿ ਇਹ ਰੇਂਜ ਦੇ ਵਿੱਚੋਂ ਕੁਛ ਹੈ ਚੁੱਕ ਲਈਏ। ਅਤੇ ਹੁਣ ਪਹਿਲੇ ਇੱਕ ਪਹਿਲੇ ਫੀਲਡ ਨੂੰ ਫਾਲਸ ਕਰਦੇ ਹਾਂ, ਪਹਿਲਾ ਫੀਲਡ ਫਾਲਸ ਕੀਤਾ, ਆਪਾਂ ਕਹਿ ਦਿੱਤਾ ਕੋਈ ਸੈਲਰੀ ਜਿਹੜੀ ਹੈਗੀ ਨਾ ਉਹ $1,000 ਤੋਂ ਘੱਟ ਹੈਗੀ, ਕਹਿ ਲਓ 500 ਕਰਦੇ। ਆਹ ਨਾ ਆਪਾਂ ਇਨਪੁੱਟ ਦੇ ਰਹੇ ਹਾਂ, ਬਾਕੀ ਸਾਰੇ ਟਰੂ ਕਰਦੇ। ਟਰੂ ਕਰਨ ਦਾ ਕਿੱਦਾਂ ਕਰ ਸਕਦੇ ਹਾਂ, ਆਹ ਟਰੂ ਕਰਨਾ ਸਪੋਜ਼ 3 ਕਰਤਾ, ਆਹ ਵੀ ਟਰੂ ਕਰਨਾ ਸਪੋਜ਼ ਮੈਂ ਪਰਸਨ ਕਰਤਾ, ਆਹ ਵੀ ਟਰੂ ਕਰਨਾ ਸਪੋਜ਼ ਮੈਨੂੰ ਸਿੰਗਲ ਫੈਮਿਲੀ ਹਾਊਸ ਕਰਤਾ। ਹੁਣ ਅੱਗੇ ਹੈ ਆਹ ਇਹ ਦੋ ਤਰ੍ਹਾਂ ਇਨਵੈਲਿਡ ਹੋ ਸਕਦਾ, ਕਿਉਂਕਿ ਰੇਂਜ ਤੋਂ ਰੇਂਜ ਹੈਗੀ ਆ, ਇੱਕ ਇੱਧਰੋਂ ਰੇਂਜ ਤੋਂ ਘੱਟ ਇਨਵੈਲਿਡ ਅਤੇ ਰੇਂਜ ਤੋਂ ਅਬਵ ਵੀ ਇਨਵੈਲਿਡ। ਦੁਬਾਰਾ ਇਹਨੂੰ ਬਾਈ ਇਨਵੈਲਿਡ ਕਰਦੇ ਹਾਂ, ਉਪ ਕਰ ਦਾਂਗੇ ਸਪੋਰ ਕਰਨੇ, ਸੈਲਰੀ ਜਿਹੜੀ ਹੈਗੀ ਆ ਉਹ 90,000 ਹੈਗੀ ਆ, ਇਹਦੀ ਵੀ ਰੇਂਜ ਵੱਧ ਗਈ, ਇਹ ਵੀ ਇਨਵੈਲਿਡ ਹੋ ਗਿਆ। ਬਾਕੀ ਫਿਰ ਹੋਵੇ ਬਾਕੀ ਟੂ ਟੂ ਰੱਖਣੇ ਹੈਗੇ, 3 ਸੀਗਾ, 20 ਸੀਗਾ, ਐਸ ਸੀਗਾ। ਉਸ ਤੋਂ ਬਾਅਦ ਆਹ ਜਿਹੜਾ ਫੀਲਡ ਸੀਗਾ ਦੋਨੋਂ ਤਰ੍ਹਾਂ ਦਾ ਇਹਨੂੰ ਆਪਾਂ ਇਨਵੈਲਿਡ ਕਰ ਲਿਆ, ਹੁਣ ਆਪਾਂ ਇਹਨੂੰ ਟਰੂ ਕਰਦੇ ਹਾਂ ਅਤੇ ਅਗਲੇ ਫੀਲਡ ਨੂੰ ਇਨਵੈਲਿਡ ਕਰਦੇ ਹਾਂ। ਇਹਨੂੰ ਟਰੂ ਕਰਤਾ ਸਪੋਜ਼ ਸੈਲਰੀ ਕਹਿਤੀ ਕਿ ਚਲੋ 1200 ਹੈ, ਸੋਰੀ ਕਿੱਧਰ ਗਿਆ,
इधर अब कह रहा था कि सैलरी ना वो है 1200 ए टू करता। अब इनू इनवाइल्ड करना, ये भी रेंज हैगी है, ये भी दो तरह इनवाइल्ड हो सकता। रेंज तो घट, रेंज तो बाद पहले करो, रेंज तो घट इनवाइल्ड किया, मैं कहता इसकी वैल्यू हैगी है 0। बाकी आप ट्रू किया, आ ट्रू किया, बाकी आ ट्रू इतनी 1200 रह गया। आप जो दो तरह हो सकता ना इनवाइल्ड हो सकता, रेंज तो घट, रेंज तो बस 6 या 7 कुछ कर ले, मैं 7 कहता। बाकी आ ट्रू ट्रू, हुण आ दो दोनों ट्रू भी हो गए फॉल्स भी हो गए, हुण आ आखिरी जगह है इन ट्रू हो गया, चूंकि आप एक टाइम पे एक फॉल्स करना बस ना, ते आ ट्रू वास्ते आप 3 लिख लिया। इन्हों पर इनवाइल्ड करना है, एक ही है ये है, कहते हैं सिंगल फैमिली या टाउन हाउस तरह की अगर ऑप्शन होगी तो सही है, अगर नहीं चुके ऑप्शन होगी फॉल्स है, आप इन फॉल्स कर दें, बगैर ले रहे हैं डुप्लेक्स ले करने हैं। पहले पी से कहा डुप्लेक्स लिखता, नहीं सॉरी आ पर्सन कॉरपोरेशन, अपन इन कैसे करते हैं थे पर करने हैं कॉरपोरेशन, कॉरपोरेशन हो गया आ वैलिड, वैलिड वही आईडा से गए थे एस सी सी आर की वाले गए थे। उसके बाद फिर अवैलिड 1200 3, इन्हें पर इनवैलिड करना, इनवैलिड क्या करेंगे इनवैलिड पहले किसी ने दोबारा वैलिड करना, वैलिड वही पी कर लिया पर्सन, यहाँ इनवैलिड करना आखिरी वाला, अब कहते हैं डिप्लेक्स कर रहे हैं कुछ कर रहे थे। हाँ हूँ देखो टोटल कितने बने, 1 2 3 4 5 6 छः टेस्ट केसेस बने, सर तो उन टेस्ट केस की आप इनपुट देती हैं, तो उस तो बाद बने करना टेबल बनेगा, इनपुट सारी इनपुट आएंगी, तो बाकी एक्सपेक्टेड आउटपुट जो भी है उस टाइम फिर करोगे, इस तरह का टेबल बना लोगे तो टेस्ट केस बने। तो लो जी ये है इक्वलेंस क्लास पार्टीशनिंग, इन्हें अगर मैं रिवाइज कर दूँगा वो है कि तुसी इनपुट जी हैगी देखना कि वो रेंज वाली हैगी है या बूलियन हैगी है, अगर रेंज वाली इनपुट है तो वो तीन टेस्ट केस बनाने, एक रेंज तो थले एक रेंज तो ऊपर एक रेंज के विदन, अगर वो बूलियन है तो दो टेस्ट केस बनाने, एक ट्रू केस एक फॉल्स केस। तो मुड़ के ओवरऑल जो टेस्ट करना, चूंकि एक टाइम तो खाली एक फील्ड टेस्ट नहीं होंगे, पूरे के पूरे फील्ड टेस्ट होंगे, तो आप किस तरह करेंगे कि एक टाइम तो एक फॉल्स कर देवे बाकी साइड ट्रू कर देवे, रेंज वाले फॉल्स करने के दो तरीके होंगे, ऐसा तो आप दो बार इन्हों फॉल्स किया, इन दो बार फॉल्स किया, तो जो बूलियन फॉल्स करने का एक ही तरीका होंगे, इन्हें फॉल्स किया इन्हें फॉल्स किया, टोटल 1 2 3 4 5 6 कह लो कि 6 टेस्ट किस बने। ओके जी।